ਸਰ ਕੀ ਮਾਮਲਾ ਹੋਇਆ ਜੀ, ਇਹ ਕੀ ਘਟਨਾ ਵਾਪਰੀ ਹੈ? ਇਹ ਮੈਨੂੰ ਇੱਕ ਫੋਨ ਰਾਹੀਂ ਇਤਲਾਹ ਮਿਲੀ ਸੀ ਵੀ ਇੱਕ ਗੁਰੂ ਕਾਂਸ਼ੀ ਕਾਲਜ ਦੇ ਕੋਲ ਇੱਕ ਮੁੰਡੇ ਦੇ ਫੈਰ ਵੱਜਿਆ ਹੈਗਾ, ਤਾਂ ਅਸੀਂ ਨਾਲ ਦੀ ਨਾਲ ਜਿਹੜਾ ਹੈਗਾ ਉੱਥੇ ਮੌਕੇ 'ਤੇ ਪਹੁੰਚੇ ਅਤੇ ਸੁਖਪ੍ਰੀਤ ਸਿੰਘ ਸੁੱਖੀ ਬਾਬਾ ਵਾਸੀ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਸਿੰਘੋ, ਉਹਦੇ ਫੈਰ ਲੱਗਿਆ ਸੀ। ਅਸੀਂ ਨਾਲ ਦੀ ਨਾਲ ਲਿਆ ਕੇ ਇਹਨੂੰ ਜਿਹੜਾ ਹੈਗਾ ਬੰਦੇ ਨਾਲ ਲਿਆ ਕੇ ਅਤੇ ਹੋਸਪਿਟਲ ਦਾਖਲ ਕਰਾਇਆ। ਹਾਂਜੀ, ਹੁਣ ਇਹਨੂੰ ਡਾਕਟਰ ਨੇ ਰੈਫਰ ਕੀਤਾ, ਰੈਫਰ ਕੀਤਾ ਦੇਸ਼ ਵਾਸਤੇ। ਹਾਂਜੀ, ਮੁੰਡੇ ਦੇ ਫੈਰ ਵੱਜਿਆ ਹੈਗਾ, ਤਾਂ ਅਸੀਂ ਨਾਲ ਦੀ ਨਾਲ ਜਿਹੜਾ ਹੈਗਾ ਉੱਥੇ ਮੌਕੇ ਤੇ ਪਹੁੰਚੇ ਤੇ ਸੁਖਪ੍ਰੀਤ ਸਿੰਘ ਸੁੱਖੀ ਬਾਬਾ ਵਾਸੀ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਸਿੰਘੋ, ਉਹਦੇ ਫੈਰ ਲੱਗਿਆ ਸੀ। ਅਸੀਂ ਨਾਲ ਦੀ ਨਾਲ ਲਿਆ ਕੇ ਇਹਨੂੰ ਜਿਹੜਾ ਹੈਗਾ ਬੰਦੇ ਨਾਲ ਲਿਆ ਕੇ ਹੋਸਪਿਟਲ ਦਾਖਲ ਕਰਾਇਆ। ਹਾਂਜੀ, ਹੁਣ ਇਹਨੂੰ ਡਾਕਟਰ ਨੇ ਰੈਫਰ ਕੀਤਾ, ਰੈਫਰ ਕੀਤਾ ਦੇਸ਼ ਵਾਸਤੇ। ਹਾਂਜੀ, ਕਾਰਵਾਈ ਕਿਹੋ ਜਿਹੀ ਕੀਤੀ ਜਾ ਰਹੀ ਹੈ? ਬਸ ਜੀ ਕਾਰਵਾਈ ਕਰ ਰਹੇ ਹਾਂ, ਹੁਣ ਕਾਰਵਾਈ ਵਾਸਤੇ ਆਏ ਸੀ ਨਾਲ, ਅਸੀਂ ਕਾਰਵਾਈ ਕਰ ਰਹੇ ਹਾਂ।